ਅੱਜ ਘੱਟੋ ਘੱਟ 15-16 ਪਿੰਡ ਸੀਗੇ ਜੀ, ਬੜਾ ਵਧੀਆ ਅੰਗਾਰਾ ਮਿਲਿਆ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਤੁਸੀਂ ਵੇਖ ਹੀ ਲਿਆ ਹੋਊਗਾ ਇੱਥੇ ਆ ਕੇ ਜਿਹੜੇ ਵੋਟਰ ਹੈ ਨਾ ਫਿਰੋਜ਼ਪੁਰ ਕੌਂਸਟੀਟੂਐਂਸੀ ਦੇ, ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਸਤਿਕਾਰ ਦਿੰਦੇ ਆਏ ਹੈ ਔਰ ਇਸ ਵਾਰੀ ਵੀ ਉਸ ਤੋਂ ਵੀ ਵੱਧ ਮਾਣ ਸਤਿਕਾਰ ਇਹ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਹਨਾਂ ਨੇ ਦਾਸ ਨੂੰ ਟਿਕਟ ਦੇ ਕੇ ਨਵਾਜਿਆ, ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਾ ਗਾੜਾ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਹੈ ਕਿ 98 ਤੋਂ ਲੈ ਕੇ ਅੱਜ ਤੱਕ 6 ਪਲਾਨ ਹੋ ਗਏ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਆ, ਚਾਹੇ ਉਹ ਜ਼ੋਰਾ ਸਿੰਘ ਮਾਨ ਹੋਵੇ, ਚਾਹੇ ਉਹ ਸ਼ੇਰ ਸਿੰਘ ਬਾਇਆ ਹੋਵੇ, ਚਾਹੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੋਣ, ਸ਼੍ਰੋਮਣੀ ਅਕਾਲੀ ਦਲ ਦਾ ਗੜ ਰਹੀ ਹੈ ਸੀਟ ਇਹ। ਸ਼੍ਰੋਮਣੀ ਅਕਾਲੀ ਦਲ ਇਹ ਤੋਂ ਜਿੱਦਾਂ ਆ ਔਰ ਸ਼੍ਰੋਮਣੀ ਅਕਾਲੀ ਦਲ ਹੀ ਇੱਥੋਂ ਜਿੱਤ ਪ੍ਰਾਪਤ ਕਰੂਗੀ। ਤੁਹਾਡੇ ਸਾਹਮਣੇ ਆ, ਸਾਨੂੰ 17-18 ਦਿਨ ਹੋ ਗਏ ਹਲਕੇ ਜੀ ਵਿਚਰਦਿਆਂ ਨੂੰ, ਲਗਭਗ 400 ਦੇ ਉੱਤੇ ਪਿੰਡ ਅਸੀਂ ਕਵਰ ਕਰ ਲਏ ਆ। ਉਹਨਾਂ ਨੇ ਹਜੇ ਕੱਲ੍ਹ ਨੂੰ ਚੋਣ ਪ੍ਰਚਾਰ ਸ਼ੁਰੂ ਕਰਨਾ, ਬੀਜੇਪੀ ਨੇ ਵੀ ਆਉਣਾ, ਬੀਜੇਪੀ ਨੇ ਆਪਦਾ ਹਜੇ ਹੋ ਸਕਦਾ ਕੱਲ੍ਹ ਤੱਕ ਟਿਕਟ ਡਿਕਲੇਅਰ ਹੋਵੇ ਉਹਨਾਂ ਦੀ, ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨਾ। 20-22 ਦਿਨ ਰਹਿ ਗਏ ਆ ਚੋਣ ਪ੍ਰਚਾਰ ਦੇ ਵਿੱਚ, ਉਹ ਸਾਡੇ ਤੋਂ ਬਹੁਤ ਪਿੱਛੇ ਰਹਿ ਗਏ ਆ, ਉਹ ਕਵਰ ਨਹੀਂ ਕਰ ਪਾਉਣਗੇ।